कोई असी विकास की कमी नहीं रहने देवे और सानू अज माण होया सा परिवार तो इतने हो ही हो साडे जिहड़े पुराने साथी साडे नाल वी जुड़ रहे हैं आम आदमी पार्टी की प्राप्ति कह सकते हो जिहड़े काम हो रहे हैं उन्होंने प्रभावित होकर नौजवान जिहड़े अगां वधू देखो मनदीप सिंह जिहड़े रूढ़वादी नहीं है अगां वधू सी पिंड की डिवेलपमेंट करना चाहते हैं इलाके की गल चाहना और असीं इन्हां नूं मौका देवांगे डिवेलपमेंट भी होगा ना कि किसी अंदर फसाने परचे देने लई जिवें पुरानी सरकार ने किया कि उन्होंने फट के अंदर दो नहीं मेरे वालों कोई डिवेलपमेंट का काम नहीं रोका गया और पूरी खुली छुट्टियां मिल जाएगा मेरे को जिहड़े पिंड ने उत्थे मैं डोर टू डोर कर रहा बहुत वड्डा हुलारा है और ਜਿਵੇਂ ਲੋਕਾਂ ਦਾ ਪਿਆਰ ਅਸੀਂ ਡੇ ਬਾਈ ਡੇ ਰਹੇ ਹਾਂ ਬਹੁਤ ਵੱਡੀ ਲੀਡ ਕਰ ਰਹੇ ਸੀ ਜਲੰਧਰ ਸੀ ਲੋਕਾਂ ਨੂੰ ਸੋਸ਼ਲ ਮੀਡੀਆ ਵਾਇਰਲ ਹੋਈ ਸੀ ਪਿੰਡ ਨੂੰ ਲੋਕਾਂ ਦੀ ਧਿਆਨ ਚ ਆਇਆ ਹੋਣਾ ਕਿ ਉਹਨਾਂ ਨੇ ਉੱਥੇ ਆਮ ਅੰਦਰ ਰਸਤੇ ਲੱਗਿਆ ਸੀ ਪਰ ਉਹਨਾਂ ਨੇ ਇਹ ਦੋਸ਼ ਲਾਇਆ ਨਹੀਂ ਕਿ ਸਾਨੂੰ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ ਪਿੰਡ ਦੇ ਉਹਨਾਂ ਦਾ ਰੌਲਾ ਡਿਵੈਲਪਮੈਂਟ ਦੇ ਲੋਕ ਨਹੀਂ ਸੀ ਉਹਨਾਂ ਦਾ ਰੌਲਾ ਮੇਟ ਨਹੀਂ ਸੀ ਉਹ ਕਈ ਵਾਰ ਪਿੰਡ 'ਚ ਹੋ ਜਾਂਦਾ ਅਸੀਂ ਉਹਨਾਂ ਨੂੰ ਕਿਹਾ ਕਿ ਆਪਾਂ ਲੋਕਾਂ ਦਾ ਫਾਇਦਾ ਕਰਨਾ ਉੱਥੇ ਉਹਨਾਂ ਦਾ ਅਸੀਂ ਫੈਸਲਾ ਕਰਵਾ ਰਹੇ ਹਾਂ ਕਿ ਡਿਬੇਟ ਉਹਨਾਂ ਦਾ ਕਿਉਂ ਉਹਨਾਂ ਦਾ ਜਿਹੜੇ ਸਰਕਾਰ ਦੀਆਂ ਨੀਤੀ ਅਸੀਂ ਕਰ ਅਸੀਂ ਕੋਈ ਪਾਰਟੀ ਬਾਜੀ ਨਹੀਂ ਕਰਾਉਂਦੇ ਸਾਸੀਆ ਦੋਸਤੋ ਤੁਸੀਂ ਦੇਖ ਰਹੇ ਰੋਜ਼ਾਨਾ ਟਾਈਮਸ ਅੱਜ ਅਸੀਂ ਪਿੰਡ ਪੋਲਾ ਦੇ ਵਿੱਚ ਪਹੁੰਚਿਆ ਤੇ ਪਿੰਡ ਪੋਲਾ ਦੇ ਵਿੱਚ ਟੱਕਸਾਲੀ ਪਰਿਵਾਰ ਜੋ ਕਰੀਬ 40 ਸਾਲਾਂ ਤੋਂ ਵਿੱਚ ਅਕਾਲੀ ਦਲ ਦੇ ਵਿੱਚ ਸੇਵਾ ਕਰਦਾ ਸੀ ਅੱਜ ਉਹ ਮਨਦੀਪ ਸਿੰਘ ਪੋਲਾ ਜੋ ਅਕਾਲੀ ਦਲ ਦੇ ਸਰਕਲ ਪ੍ਰਧਾਨ ਰਹੇ ਉਹਨਾਂ ਦੀ ਅਗਵਾਈ ਦੇ ਵਿੱਚ ਅੱਜ 50 ਦੇ ਕਰੀਬ ਜੋ ਵਿਅਕਤੀ ਸਨ ਅੱਜ ਤੁਸੀਂ ਦੇਖ ਸਕਦੇ ਹੋ ਕਿ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ ਅਕਾਲੀ ਦਲ ਛੱਡ ਕੇ ਅੱਜ ਕਾਂਗਰਸ ਛੱਡ ਕੇ ਸਰਦਾਰ ਸਿੰਘ ਸਾਹਿਬ ਫੋਟੋ ਖਿੱਚੀ ਜੀ ਮੁਹੰਮਦੀਪੁਰ ਨੇ ਅੱਜ ਉਹ ਕਲਪੰਚ ਸਾਹਿਬ ਆਮ ਆਦਮੀ ਪਾਰਟੀ ਦੇ ਵਿੱਚ ਮੌਜੂਦਾ ਸਰਪੰਚ ਨੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਨੇ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਨੇ ਵਿਧਾਇਕ ਲਖਵੀਰ ਸਿੰਘ ਰਹਿਣਾ ਨਾਲ ਗੱਲਬਾਤ ਕਰਦੇ ਹਾਂ ਕੀ ਕਹਿਣਾ ਉਹਦਾ ਬਹੁਤ ਬਹੁਤ ਧੰਨਵਾਦ ਸਰਦਾਰ ਸੋਹਣ ਸਿੰਘ ਜੀ ਪਹਿਲਾਂ ਵੀ ਸਾਡੇ ਨਾਲ ਉਹ ਬਾਈ ਜੀ ਇੱਕ ਮਿੰਟ ਸ਼ੁਕਰੀਆ ਕਰਕੇ ਪਰਿਵਾਰ ਚਲੇ ਜਾਂਦੇ ਸਰਕਾਰ ਨਾਲ ਜਾਣਾ ਪੈਣਾ ਸੀ ਲੇਕਿਨ ਇਹਨਾਂ ਦਾ ਦਿਲ ਸਾਡੇ ਨਾਲ ਸੀ ਅੱਜ ਫਿਰ ਸਾਡੇ ਪਰਿਵਾਰ 'ਚ ਆਏ ਦਿਲ ਸਾਡਾ ਇੱਕ ਸੀ ਪਹਿਲਾਂ ਪਰਿਵਾਰ 'ਚ ਸ਼ਾਮਲ ਮੈਂ ਜੀਆਂ ਆਖਦਾ ਅਤੇ ਅਸੀਂ ਰਲ ਮਿਲ ਕੇ ਜਿਹੜਾ ਮੋਹਨਦੀਪੁਰ ਹੈ ਉਹਨੂੰ ਵੀ ਅਸੀਂ ਬਹੁਤ ਵਧੀਆ ਪਿੰਡ ਬਣਾ ਰਹੇ ਹਾਂ ਅਤੇ ਕੋਈ ਅਸੀਂ ਵਿਕਾਸ ਦੀ ਕਮੀ ਨਹੀਂ ਆਣ ਦੇਵਾਂਗੇ ਔਰ ਸਾਨੂੰ ਅੱਜ ਮਾਣ ਹੋਇਆ ਆਹ ਸਾਡਾ ਪਰਿਵਾਰ ਤਾਂ ਇੱਥੇ ਹੋਈ ਹੋਇਆ ਸਾਡੇ ਜਿਹੜੇ ਪੁਰਾਣੇ ਸਾਥੀ ਸਾਡੇ ਨਾਲ ਉਹ ਵੀ ਜੁੜ ਰਹੇ ਹਾਂ ਇਹ ਤੋਂ ਵੱਡੀ ਮਾਣ ਵਾਲੀ ਗੱਲ ਆਮ ਆਦਮੀ ਪਾਰਟੀ ਲਈ ਨਹੀਂ ਹੋ ਸਕਦੀ ਸਾਰੇ ਸਾਡਾ ਦੇਖੋ ਇਹ ਬਹੁਤ ਵੱਡੀ ਆਮ ਆਦਮੀ ਪਾਰਟੀ ਦੀ ਪ੍ਰਾਪਤੀ ਕਹਿ ਸਕਦੇ ਹੋ ਜਿਹੜੇ ਕੰਮ ਹੋ ਰਹੇ ਨੇ ਉਹਨਾਂ ਨੂੰ ਪ੍ਰਭਾਵਿਤ ਹੋ ਕੇ ਨੌਜਵਾਨ ਜਿਹੜੇ ਅਗਾਂਹ ਵਧੂ ਦੇਖੋ ਮਨਦੀਪ ਸਿੰਘ ਜਿਹੜੇ ਰੂੜਵਾਦੀ ਨਹੀਂ ਹੈਗੇ ਅਗਾਂਹ ਵਧੂ ਸੀ ਪਿੰਡ ਦੀ ਡਿਵੈਲਪਮੈਂਟ ਕਰਨਾ ਚਾਹੁੰਦੇ ਹਾਂ ਇਲਾਕੇ ਦੀ ਗੱਲ ਚਾਹੁੰਦਾ ਔਰ ਅਸੀਂ ਇਹਨਾਂ ਨੂੰ ਮੌਕਾ ਦੇਵਾਂਗੇ ਪਲੇਟਫਾਰਮ ਦੇਵਾਂਗੇ ਸੋਹਣ ਸਿੰਘ ਜੀ ਹੈ ਇਹ ਆਪਣੇ ਪਿੰਡ ਲਈ ਕੁਛ ਕਰਨਾ ਚਾਹੁੰਦੇ ਹੈ ਨਾ ਕਰ ਰਹੇ ਨੇ ਲੇਕਿਨ ਜਿੱਦਣ ਦੀ ਸਰਕਾਰ ਆਈ ਅਸੀਂ ਇਹਨਾਂ ਨੂੰ ਕਿਹਾ ਕਿ ਤੁਹਾਡੇ ਲਈ ਪੂਰੇ ਖਜ਼ਾਨੇ ਅਸੀਂ ਖੋਲ੍ਹ ਕੇ ਜੋ ਕਰਨਾ ਚਾਹੁੰਦੇ ਹਾਂ ਕਰੋ ਔਰ ਅਸੀਂ ਤੁਸੀਂ ਦੇਖੋਗੇ ਥੋੜ੍ਹੇ ਸਮੇਂ 'ਚ ਅਸੀਂ ਮੋਹਨਦੀਪੁਰ ਵੀ ਹੋਵੇ ਚਾਹੇ ਪੋਲਾ ਜਿਹੜੇ ਪਿੰਡ ਹੋਵੇ ਅਸੀਂ ਸਭ ਦੀ ਜਿਹੜੀ ਨੁਹਾਰ ਬਦਲਾਂਗੇ ਔਰ ਅਸੀਂ ਇੱਕ ਦੂਜੇ ਪਿੰਡ ਨਾਲ ਕੰਪੀਟੀਸ਼ਨ ਕਰਨਾ ਹੈ ਕਿ ਅਸੀਂ ਉਹ ਪਿੰਡ ਤੋਂ ਵਧੀਆ ਕੰਮ ਕਰਨਾ ਸੀ ਸਾਡਾ ਕੰਪੀਟੀਸ਼ਨ ਹੁਣ ਡਿਵੈਲਪਮੈਂਟ ਵੀ ਹੋਊਗਾ ਨਾ ਕਿ ਕਿਸੇ ਨੂੰ ਅੰਦਰ ਫਸਾਉਣ ਲਈ ਪਰਚੇ ਦੇਣ ਲਈ ਜਿਵੇਂ ਪੁਰਾਣੀ ਸਰਕਾਰ ਨੇ ਕਿਹਾ ਸੀ ਕਿ ਉਹਨੂੰ ਫੜ ਕੇ ਅੰਦਰ ਦਿਓ ਨਹੀਂ ਅਸੀਂ ਆਪਣੇ ਪਿੰਡ ਨੂੰ ਅੱਗੇ ਲੈ ਕੇ ਜਾਣਾ ਨੌਜਵਾਨਾਂ ਦੀ ਸੋਚ ਦੇ ਮੁਤਾਬਕ ਪਿੰਡ ਬਣਾਉਣੇ ਆ ਉਹਦਾ ਕੰਮ ਨਹੀਂ ਸੀਗਾ ਪਰਚੇ ਦੀ ਗੱਲ ਕੀਤੀ ਗਿਆ ਪਰਚੇ ਦੀ ਤੁਸੀਂ ਪਹਿਲਾਂ ਦੇਖਿਆ ਜਾਗਰਾ ਰਹੇ ਨੇ ਚੁਣੇ ਐਮ ਐਲ ਏ ਉਹਨਾਂ ਨੇ ਬੜੇ ਪਰਚੇ ਕਰਾਏ ਲੇਕਿਨ ਆਮ ਆਦਮੀ ਪਾਰਟੀ ਤੁਸੀਂ ਦੇਖਿਆ ਅਸੀਂ ਕਿਸੇ ਦੇ ਪਰਚਾ ਨਹੀਂ ਕਰਾਇਆ ਔਰ ਅਸੀਂ ਮੈਕਸਿਮ ਸਾਡਾ ਇਹ ਹੁੰਦਾ ਕਿ ਅਸੀਂ ਸਮਝੌਤੇ ਔਰ ਪਿੰਡਾਂ ਦੇ ਵਿੱਚ ਵੀ ਅਸੀਂ ਡਿਵੈਲਪਮੈਂਟ ਦਾ ਕਿਤੇ ਕੰਮ ਨਹੀਂ ਰੱਖਿਆ ਜਿੱਥੇ ਕੋਈ ਆਪਸ ਟਕਰਾਅ ਹੋ ਜਾਓ ਅਸੀਂ ਕਹਿ ਨਹੀਂ ਸਕਦੇ ਲੇਕਿਨ ਮੇਰੇ ਵੱਲੋਂ ਕੋਈ ਡਿਵੈਲਪਮੈਂਟ ਦਾ ਕੰਮ ਨਹੀਂ ਰੋਕਿਆ ਗਿਆ ਔਰ ਪੂਰੀ ਖੁੱਲ੍ਹੀ ਛੁੱਟੀਆਂ ਮਿਲ ਜਾਂਦਾ ਕਿ ਜਿੱਥੋਂ ਮਰਜ਼ੀ ਸਮਾਨ ਚੁੱਕੋ ਜਿੱਥੋਂ ਮਰਜ਼ੀ ਤੁਸੀਂ ਕੋਈ ਮਟੀਰੀਅਲ ਲੈ ਸਕਦੇ ਹੋ ਖੁੱਲ੍ਹੀ ਛੁੱਟੀ ਹੈ ਕੋਈ ਤੁਹਾਨੂੰ ਰੋਕੂਗਾ ਨਹੀਂ ਔਰ ਮੇਰੀ ਸ਼ਰਤ ਇੱਕ ਹੈ ਕਿ ਜਿਹੜਾ ਸਮਾਨ ਚੁੱਕੋਗੇ IAS ਮਾਰਕ ਹੋਣਾ ਚਾਹੀਦਾ ਕਰਪਸ਼ਨ ਨੂੰ ਬਰਦਾਸ਼ਤ ਨਹੀਂ ਕਰਾਂਗੇ ਚਾਹੇ ਅਫਸਰ ਹੈ ਚਾਹੇ ਕੋਈ ਹੈ ਚਾਹੇ ਸਾਡੇ ਪਾਰਟੀ ਦੇ ਤੁਸੀਂ ਦੇਖਿਆ ਅਸੀਂ ਆਪਣੇ MLA ਨਹੀਂ ਬਰਦਾਸ਼ਤ ਕੀਤੇ ਅਤੇ ਇਹ ਮਾਨ ਸਾਹਿਬ ਦੀ ਨੀਤੀ ਹੈ ਅਰਵਿੰਦ ਕੇਜਰੀਵਾਲ ਸਾਹਿਬ ਦੀ ਨੀਤੀ ਹੈ ਕਿ ਇਮਾਨਦਾਰੀ ਨਾਲ ਕੰਮ ਕਰਨਾ ਹੈ ਔਰ ਅਸੀਂ ਸਾਰੇ ਪੈਰਾਂ ਰਵਾਂਗੇ ਜਿੰਨੀ ਚੋਣ ਹੈ ਜਲੰਧਰ ਦੀ ਕਿਵੇਂ ਲੱਗਦਾ ਜਿਵੇਂ ਸਾਰੇ ਹੁਲਾਰੇ ਮੇਰੇ ਲਈ ਕਿਵੇਂ ਲੱਗਦਾ ਦੇਖੋ ਮੈਂ ਜਲੰਧਰ ਤੋਂ ਰਾਤ ਹੀ ਹਾਂ ਬਹੁਤ ਵੱਡਾ ਪਿੰਡਾਂ ਜਾਈਏ ਹੁਲਾਰਾ ਮਿਲਿਆ ਨੌਜਵਾਨ ਬਹੁਤ ਅੱਗੇ ਆ ਰਹੇ ਜਿਵੇਂ ਇੱਥੇ ਵੀ ਆਏ ਨੌਜਵਾਨ ਜਦ ਪਿੰਡਾਂ ਜਾਂਦੇ ਇਕੱਠੇ ਹੋ ਕੇ ਸਾਨੂੰ ਘਰ ਘਰ ਘੁੰਮਾ ਰਹੇ ਮੇਰੇ ਕੋਲ ਜਿਹੜੇ ਪਿੰਡ ਨੇ ਉੱਥੇ ਮੈਂ ਡੋਰ ਟੂ ਡੋਰ ਕਰ ਰਿਹਾ ਬਹੁਤ ਵੱਡਾ ਹੁਲਾਰਾ ਔਰ ਜਿਵੇਂ ਲੋਕਾਂ ਦਾ ਪਿਆਰ ਅਸੀਂ ਡੇ ਬਾਈ ਡੇ ਰਹੇ ਹਾਂ ਬਹੁਤ ਵੱਡੀ ਲੀਡ ਕਰ ਰਹੇ ਸੀ ਜਲੰਧਰ ਸਿੰਘ ਲੋਕਾਂ ਹਾਂ ਸਰ ਜਦੋਂ ਸੋਸ਼ਲ ਮੀਡੀਆ ਵਾਇਰਲ ਹੋਈ ਸੀ ਪਿੰਡ ਨੂੰ ਲੋਕਾਂ ਦੀ ਧਿਆਨ 'ਚ ਆਇਆ ਹੋਣਾ ਕਿ ਉਹਨਾਂ ਨੇ ਉੱਥੇ ਆਮ ਅੰਦਰ ਰਸਤੇ ਲੱਗਿਆ ਸੀ ਪਰ ਉਹਨਾਂ ਨੇ ਇਹ ਦੋਸ਼ ਲਾਇਆ ਨਹੀਂ ਕਿ ਸਾਨੂੰ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ ਪਿੰਡ ਦੇ ਵਿੱਚ ਰੋਕਿਆ ਜਾ ਰਿਹਾ ਤੁਸੀਂ ਡਿਵੈਲਪਮੈਂਟ ਦੀ ਗੱਲ ਜਦੋਂ ਕੱਲ੍ਹ ਮੇਰੇ ਸਰਪੰਚ ਸਾਹਿਬ ਨੇ ਮੇਰੇ ਨਾਲ ਗੱਲ ਕੀਤੀ ਹੈ ਉੱਥੋਂ ਦੇ ਹੋਰ ਮੋਤਵਰ ਸੀ ਉਹਨਾਂ ਦਾ ਰੌਲਾ ਡਿਵੈਲਪਮੈਂਟ ਦੇ ਲੋਕ ਨਹੀਂ ਸੀ ਉਹਨਾਂ ਦਾ ਰੌਲਾ ਮੇਟ ਨਹੀਂ ਸੀ ਉਹ ਕਈ ਵਾਰ ਪਿੰਡ 'ਚ ਹੋ ਜਾਂਦਾ ਅਸੀਂ ਉਹਨਾਂ ਨੂੰ ਕਿਹਾ ਕਿ ਆਪਾਂ ਲੋਕਾਂ ਦਾ ਫਾਇਦਾ ਕਰਨਾ ਉੱਥੇ ਉਹਨਾਂ ਦਾ ਅਸੀਂ ਫੈਸਲਾ ਕਰਵਾ ਰਹੇ ਹਾਂ ਕਿ ਡਿਬੇਟ ਉਹਨਾਂ ਦਾ ਕਿ ਉਹਨਾਂ ਦਾ ਜਿਹੜੇ ਸਰਕਾਰ ਦੀਆਂ ਨੀਤੀ ਅਸੀਂ ਘਰ ਘਰ ਪਹੁੰਚਾਉਂਦੇ
ਅਸੀਂ ਕੋਈ ਪਾਰਟੀ ਬਾਜੀ ਨਹੀਂ ਕਰਾਉਂਦਾ ਔਰ ਉਹ ਮੇਰੇ ਨਾਲ ਐਸੀ ਗੱਲ ਸਹਿਮਤ ਨੇ ਕਹਿੰਦੇ ਜਿਵੇਂ ਤੁਸੀਂ ਕਰੋਗੇ ਸਹਿਮਤ ਹੈ ਔਰ ਮੈਂ ਉਹਨਾਂ ਨੂੰ ਕਹਿੰਦਾ ਕਿ ਆਪਾਂ ਇਕੱਠੇ ਹੋ ਕੇ ਪਿੰਡ ਦਾ ਡਿਵੈਲਪਮੈਂਟ ਕਰੀਏ ਇਸ ਨਾਲ ਵਿਧਾਇਕ ਲਖਵੀਰ ਸਿੰਘ ਰਾਏ ਜਿਨ੍ਹਾਂ ਵੱਲੋਂ ਕਿਹਾ ਗਿਆ ਕਿ ਇਕੱਠੇ ਹੋ ਕੇ ਇਲਾਕੇ ਦਾ ਜਿੱਥੇ ਵਿਕਾਸ ਕੀਤਾ ਜਾਵੇਗਾ ਉੱਥੇ ਹੀ ਕਰਪਸ਼ਨ ਨੂੰ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਪਿੰਡਾਂ ਦੇ ਵਿੱਚ ਵਧੀਆ ਮਟੀਰੀਅਲ ਲਾਇਆ ਜਾਵੇਗਾ ਅਤੇ ਪਿੰਡਾਂ ਦੇ ਵਿੱਚ ਚੱਜੇ ਪਿੰਡ ਸੁੰਦਰ ਬਣਾ ਕੇ ਉਹਨਾਂ ਨੂੰ ਪੰਜਾਬ ਦਾ ਮੋਹਰੀ ਹਲਕਾ ਜਿਹੜਾ ਕਿ ਫਤਿਹਗੜ੍ਹ ਹਲਕੇ ਨੂੰ ਬਣਾਇਆ ਜਾਵੇਗਾ ਉੱਥੇ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਮਨਦੀਪ ਸਿੰਘ ਕੋਲਾ ਨੇ ਜੋ ਕਈ ਪਰਿਵਾਰਾਂ ਦੇ ਸਮੇਤ ਆਮ ਆਦਮੀ ਪਾਰਟੀ ਵਿੱਚ ਸੋਰੀ ਸ਼ਾਮਿਲ ਹੋਏ ਨੇ ਉਹਨਾਂ ਨਾਲ ਗੱਲਬਾਤ ਕਰ ਰਹੇ ਹਾਂ ਮਨਦੀਪ ਸਿੰਘ ਕੋਲਾ ਨਾਲ ਸਤਿ ਸ਼੍ਰੀ ਅਕਾਲ ਕੋਲਾ ਜੀ ਅੱਜ ਤੁਸੀਂ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਇਆ ਜੀ 40 ਸਾਲਾਂ ਤੋਂ ਮੇਰਾ ਤੁਹਾਡੇ ਪਿਤਾ ਜੀ ਵੀ ਪਹਿਲਾਂ ਸਰਪੰਚ ਰਹੇ ਨੇ ਅਤੇ 41 ਸਾਲ ਦੇ ਵਿੱਚ ਥੋੜ੍ਹਾ ਸਮੇਂ ਤੁਸੀਂ ਪਰਿਵਾਰ ਥੋੜ੍ਹਾ ਸਾਹਿਬ ਦੇ ਸਮੇਂ ਤੋਂ ਸੇਵਾ ਕਰਦੇ ਹੋ ਕਿਵੇਂ ਅੱਜ ਜੀ ਕੀ ਦੇਖਿਆ ਗਿਆ ਆਮ ਆਦਮੀ ਪਾਰਟੀ ਦੌਰਾਨ ਆਮ ਆਦਮੀ ਪਾਰਟੀ ਸਾਡਾ ਜਿਹੜਾ ਸਾਡੇ ਵਿਧਾਇਕ ਲਖਵੀਰ ਸਿੰਘ ਰਾਏ ਜੀ ਬੜੇ ਨੌਜਵਾਨ ਅਤੇ ਪੜ੍ਹੇ ਲਿਖੇ ਇਨਸਾਨ ਨੇ ਉਹਨਾਂ ਦੀਆਂ ਨੀਤੀਆਂ ਉਹਨਾਂ ਦਾ ਜਿਹੜਾ ਸੁਭਾਅ ਹੈ ਬੜਾ ਚੰਗਾ ਉਹਨਾਂ ਦੀਆਂ ਨੀਤੀਆਂ ਦੇਖਦੇ ਹੋਏ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਦੀਆਂ ਨੀਤੀਆਂ ਦੇਖਦੇ ਹੋਏ ਲੋਕ ਪੱਖੀ ਫੈਸਲੇ ਦੇਖਦੇ ਹੋਏ ਅਸੀਂ ਇਹ ਗੱਲ ਤੋਂ ਪ੍ਰਭਾਵਿਤ ਹੋ ਕੇ ਮੇਰਾ ਸਮੂਹ ਨਗਰ ਅਤੇ ਮੇਰੇ ਨਾਲ ਮੇਰੇ ਕੋਆਪਰੇਟਿਵ ਸਟੱਡੀ ਦੇ ਪ੍ਰਧਾਨ ਪੰਚ ਸਰਪੰਚ ਸਾਰੇ ਅਸੀਂ ਅੱਜ ਆਮ ਆਦਮੀ ਪਾਰਟੀ ਦਾ ਪੱਲਾ ਪਹਿਲਾਂ ਮੇਰੇ ਫਾਦਰ ਸਾਹਿਬ ਰੈਗੂਲਰ 25 ਸਾਲ ਕੋਆਪਰੇਟਿਵ ਸਟੱਡੀ ਪੋਲਾ ਦੇ ਪ੍ਰਧਾਨ ਰਹੇ ਉਹ ਤੋਂ ਬਾਅਦ ਟੌੜਾ ਸਾਹਿਬ ਦੇ ਸਮੇਂ ਦੇ ਅਸੀਂ ਅਕਾਲੀ ਦਲ ਪ੍ਰਵਾਨ ਸੀਗਾ ਉਹ ਤੋਂ ਬਾਅਦ ਅਸੀਂ ਮੌਜੂਦਾ ਸਰਪੰਚ ਰੈਗੂਲਰ ਅਸੀਂ 2007 ਦੀਆਂ ਚੋਣਾਂ ਜਿੱਤ ਕੇ 1100 ਵੋਟ ਚੋਂ 900 ਵੋਟ ਲੈ ਕੇ ਸਮੂਹ ਨਗਰ ਦੇ ਧੰਨਵਾਦ ਨਾਲ ਅਸੀਂ 900 ਵੋਟ ਲੈ ਕੇ ਪਿੰਡ ਪੋਲਾ ਦੇ ਸਰਪੰਚ ਬਣੇ ਉਹ ਤੋਂ ਬਾਅਦ ਰੈਗੂਲਰ ਸਾਡੇ ਐਸ ਸੀ ਪਰਿਵਾਰ ਸੀਗਾ ਉਹਦੀ ਵੀ ਕਮਾਨ ਜਿਹੜੀ ਸਾਡੇ ਪਰਿਵਾਰ ਵੱਲੋਂ ਹੀ ਕਰੀ ਜਾਂਦੀ ਸੀ ਅਤੇ ਅਸੀਂ ਉਹ ਤੋਂ ਬਾਅਦ ਜਿਹੜੀ ਹੁਣ ਸਮੂਹ ਪੰਚਾਇਤ ਆ ਉਹ ਵੀ ਮੇਰੇ ਵੱਲੋਂ ਕਾਂਗਰਸ ਦੇ ਰਾਜ ਦੇ ਵਿੱਚ ਆਪਣੇ ਵੱਲੋਂ ਹੀ ਜਿਹੜੀ ਚੁਣੀ ਗਈ ਸੀ ਅਤੇ ਕੋਆਪਰੇਟਿਵ ਸਟੱਡੀ ਦੀ ਜਿਹੜੀ ਪ੍ਰਧਾਨਗੀ ਹੈ ਕੋਆਪਰੇਟਿਵ ਸਟੱਡੀ ਦਾ ਕੰਮ ਆ ਉਹ ਸਾਰਾ ਮੇਰੀ ਪ੍ਰਧਾਨਗੀ ਹੋ ਰਿਹਾ ਸੀਗਾ ਅਤੇ ਬਾਕੀ ਸਮੂਹ ਜਿਹੜਾ ਮੇਰਾ ਪਿੰਡ ਹੈ ਬੜਾ ਮੇਰਾ ਸਾਥ ਹੈ ਵੱਡਾ ਪਿੰਡ ਹੈ ਉਹਦਾ ਇਲਾਕੇ ਦਾ ਵੱਡਾ ਬਹੁਤ ਵੱਡਾ ਪਿੰਡ ਹੈ ਅਤੇ ਜਿਵੇਂ ਕਿ ਤੁਸੀਂ ਗੱਲ ਕਰਤੀ ਹੈ ਕਿ ਅਸੀਂ ਨੀਤੀਆਂ ਦੇ ਕੇ ਅਕਾਲੀ ਦਲ ਕਿਉਂ ਅਕਾਲੀ ਦਲ ਦੇਖੋ ਆਪਣੇ ਸਮੇਂ ਦੇ ਨਾਲ ਦੇਖੋ ਅਕਾਲੀ ਦਲ 'ਚ ਕੁਛ ਗੱਲਾਂ ਇੱਦਾਂ ਹੋਈਆਂ ਨੇ ਜਿਹੜੀਆਂ ਅਸਹਿਣਯੋਗ ਸਨ ਜੋ ਅਸਹਿਣਯੋਗ ਸਨ ਜਦੋਂ ਇੱਕ ਪਰਿਵਾਰ ਦਾ ਜਿਹੜਾ ਪਰਿਵਾਰਵਾਦ ਹੈ ਉਹ ਜ਼ਿਆਦਾ ਵਾਧਾ ਭਾਰੂ ਹੁੰਦਾ ਦਿਖਿਆ ਅਤੇ ਫਿਰ ਜਦੋਂ ਬਦਲਾਓ ਸਾਡੇ ਲੋਕ ਇਸ ਵਾਰੀ ਵੀ ਮੈਂ ਸਮੂਹ ਹਲਕੇ ਦੇ ਵਿੱਚੋਂ ਆਪਣਾ ਮੇਰਾ ਪਿੰਡ ਅਕਾਲੀ ਦਲ ਮੇਰਾ ਖਿਆਲ ਵੀ 174 ਬੂਥਾਂ ਦੇ ਵਿੱਚੋਂ ਮੈਂ ਅਤੇ ਇੱਕ ਹੋਰ ਬੂਥ 2 ਬੂਥ ਹੀ ਜਿੱਤੇ ਆ ਬਾਕੀ ਸਾਰੇ ਆਮ ਆਦਮੀ ਪਾਰਟੀ ਜਿੱਤੇ ਆ ਚਲੋ ਇਹ ਸਾਡੇ ਪਰਿਵਾਰਕ ਮਸਲੇ ਸੀਗੇ ਇਸ ਕਰਕੇ ਮੈਂ ਅਕਾਲੀ ਦਲ ਵਾਸਤੇ ਬਹੁਤ ਕੰਮ ਕਰਿਆ ਇਹ ਸਨ ਮਨਦੀਪ ਸਿੰਘ ਕੋਲਾ ਜਿਨ੍ਹਾਂ ਵੱਲੋਂ ਕਿਹਾ ਗਿਆ ਕਿ ਪਾਰਟੀ ਦੇ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਅੱਜ ਸ਼ਾਮਿਲ ਹੋਏ ਨੇ ਅਤੇ ਪਿੰਡ ਦੇ ਵਿਕਾਸ ਦੇ ਵਿੱਚ ਉਹ ਅਹਿਮ ਯੋਗਦਾਨ ਅੱਗੇ ਤੋਂ ਪਾਉਣਗੇ ਫਤਿਹਗੜ੍ਹ ਸਾਹਿਬ ਤੋਂ ਰੋਜ਼ਾਨਾ ਟਾਈਮ ਲਈ ਪਰਜਿੰਦਰ ਸਿੰਘ ਭਾਰਤੀ ਵਿਸ਼ੇਸ਼ ਰਿਪੋਰਟ।